ਹੈਲੋ ਦੋਸਤੋ, ਮੈਂ ਲਵਪ੍ਰੀਤ ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਲੈਪਿੰਗ ਬਰਡ ਦੇ ਬਾਰੇ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਟਟਹਿਰੀ ਕਿਹਾ ਜਾਂਦਾ ਹੈ। ਦੋਸਤੋ, ਇਹ ਦਰਮਿਆਨੇ ਆਕਾਰ ਦਾ ਪੰਛੀ ਹੈ ਜੋ ਕਿ ਖੁਸ਼ਕ ਇਲਾਕਿਆਂ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ। ਇਸ ਦੀਆਂ ਲੱਤਾਂ ਕਾਫੀ ਪਤਲੀਆਂ ਹੁੰਦੀਆਂ ਹਨ। ਦੋਸਤੋ, ਜੋ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਉਹ ਇਹ ਹੈ ਕਿ ਇਹ ਪੰਛੀ ਤੁਹਾਨੂੰ ਕਦੇ ਵੀ ਕਿਸੇ ਉਚਾਈ 'ਤੇ ਬੈਠਾ, ਭਾਵ ਕਿਸੇ ਖੰਭੇ 'ਤੇ, ਕਿਸੇ ਤਾਰ 'ਤੇ, ਰੁੱਖ 'ਤੇ, ਕਿਸੇ ਵੀ ਇਮਾਰਤ 'ਤੇ ਬੈਠਾ ਕਦੇ ਦਿਖਾਈ ਨਹੀਂ ਦੇਵੇਗਾ। ਇਹ ਹਮੇਸ਼ਾ ਹੀ ਜ਼ਮੀਨ 'ਤੇ ਰਹਿਣਾ ਪਸੰਦ ਕਰਦਾ ਹੈ ਅਤੇ ਜ਼ਮੀਨ 'ਤੇ ਹੀ ਬੈਠਦਾ ਹੈ। ਦੋਸਤੋ, ਇਸ ਦਾ ਆਲਣਾ ਕੋਈ ਖਾਸ ਨਹੀਂ ਹੁੰਦਾ, ਇੱਕ ਛੋਟਾ ਜਿਹਾ ਗੱਡਾ ਹੁੰਦਾ ਹੈ ਜੋ ਕਿ ਜ਼ਮੀਨ ਦੇ ਉੱਤੇ ਹੁੰਦਾ ਹੈ, ਸੁੱਕੀ ਜ਼ਮੀਨ ਦੇ ਉੱਤੇ ਜੋ ਕਿ ਪਾਣੀ ਤੋਂ ਕਾਫੀ ਦੂਰ ਹੋਵੇ। ਉਸ ਦੇ ਵਿੱਚ ਇਹ 4 ਆਂਡੇ ਦਿੰਦੀ ਹੈ, ਜਿਸ ਵਿੱਚ ਕਿ 22 ਤੋਂ 24 ਦਿਨ ਦੇ ਵਿੱਚ ਬੱਚੇ ਨਿਕਲ ਆਉਂਦੇ ਹਨ। ਦੋਸਤੋ, ਟਟਹਿਰੀ ਬਰਡ ਇੱਕ ਦਲੇਰ ਪੰਛੀ ਵੀ ਹੈ। ਜਦ ਵੀ ਕੋਈ ਕਿਸਾਨ ਹੱਲ ਵਾਹ ਰਿਹਾ ਹੁੰਦਾ ਹੈ ਜਾਂ ਕਿਸੇ ਵਹੀਕਲ 'ਤੇ ਜਾ ਰਿਹਾ ਹੁੰਦਾ ਹੈ ਤਾਂ ਇਹ ਆਪਣੇ ਖੰਭ ਬੜੀ ਬਹਾਦਰੀ ਨਾਲ ਖਿਲਾਰ ਕੇ ਅੱਗੇ ਡਟ ਜਾਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਹਮੇਸ਼ਾ ਬਚਾ ਲੈਂਦੀ ਹੈ। ਦੋਸਤੋ, ਇਸ ਪੰਛੀ ਨੂੰ ਅਕਸਰ ਹੀ ਤਲਾਵਾਂ ਦੇ, ਟੋਭਿਆਂ ਦੇ ਕਿਨਾਰੇ ਜਾਂ ਜ਼ਮੀਨਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ। ਇਹ ਇੱਕ ਕਾਫੀ ਸੁੰਦਰ ਪੰਛੀ ਵੀ ਹੈ। ਜੇਕਰ ਅਸੀਂ ਇਸ ਨਾਲ ਸਹੀ ਤਰੀਕੇ ਨਾਲ ਵਿਵਹਾਰ ਕਰੀਏ ਤਾਂ ਇਸ ਨੂੰ ਪਾਲਤੂ ਵੀ ਬਣਾਇਆ ਜਾ ਸਕਦਾ ਹੈ, ਭਾਵ ਕਿ ਫਿਰ ਇਹ ਡਰਦਾ ਨਹੀਂ, ਹਮੇਸ਼ਾ ਕੋਲ ਹੀ ਰਹਿੰਦਾ ਹੈ ਅਤੇ ਸਾਡੇ ਛੂਹਣ 'ਤੇ ਵੀ ਉੱਡਦਾ ਜਾਂ ਭੱਜਦਾ ਨਹੀਂ। ਕਈ ਵਾਰ ਜਦ ਇਸ ਦੇ ਆਂਡਿਆਂ ਨੂੰ ਛੇੜਿਆ ਜਾਂਦਾ ਹੈ ਤਾਂ ਇਹ ਕਾਫੀ ਹਮਲਾ ਵੀ ਕਰਦਾ ਹੈ, ਪਰ ਇਸ ਦਾ ਹਮਲਾ ਡਰਾਵਾ ਜ਼ਿਆਦਾ ਹੁੰਦਾ ਹੈ, ਹਮਲੇ ਦੇ ਵਿੱਚ ਚੋਟ ਘੱਟ ਹੁੰਦੀ ਹੈ। ਦੋਸਤੋ, ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਆਲਣੇ ਦੇ ਵਿੱਚ ਪਾਰਸ ਪੱਥਰ ਹੁੰਦਾ ਹੈ ਜਿਸ ਨਾਲ ਕਿ ਇਸ ਦੇ ਆਂਡੇ 'ਚੋਂ ਬੱਚੇ ਨਿਕਲਦੇ ਹਨ, ਪਰ ਦੋਸਤੋ ਮੈਂ ਤਾਂ 14 ਤੋਂ 15 ਸਾਲ ਹੋ ਗਏ ਇਸ ਦੇ ਆਲਿਆਂ ਨੂੰ ਦੇਖਦਿਆਂ ਨੂੰ, ਮੈਂ ਤਾਂ ਅੱਜ ਤੱਕ ਕੋਈ ਪਾਰਸ ਪੱਥਰ ਨਹੀਂ ਵੇਖਿਆ। ਪਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ, ਹੋ ਸਕਦਾ ਜਿਨ੍ਹਾਂ ਨੇ ਵੇਖਿਆ ਹੋਵੇ ਉਹਨਾਂ ਲਈ ਹੋਵੇ, ਪਰ ਮੈਂ ਇਸ ਵਿਸ਼ੇ 'ਤੇ ਕੁਛ ਨਹੀਂ ਕਹਿੰਦਾ। ਪਰ ਮੈਂ ਤਾਂ ਅੱਜ ਤੱਕ ਕੋਈ ਪਾਰਸ ਪੱਥਰ ਨਹੀਂ ਦੇਖਿਆ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ।